ਬੁਲੇ ਸੋਨਿਆ ਸ੍ਰੀ ਅਕਾਲ। ਜਿਸ ਤਰ੍ਹਾਂ ਕਿ ਸੱਸ ਜੀ ਤੁਸੀਂ ਦੇਖ ਲਿਓ ਪੀਵੀ ਸਿੰਘ ਦੀ ਸੇਵਾ ਆਪਾਂ ਬਦਲੀ ਕੀਤਾ ਪੀਵੀ ਸਿੰਘ ਸੁਧੀਰ ਹਰਦੀਪ ਸਿੰਘ ਜੀ ਉਹਨਾਂ ਵੱਲੋਂ ਕਾਦੀ ਸਮੇਂ ਸਮੇਂ ਤੇ ਬੇਨਤੀ ਉਦਮ ਸਿੰਘ ਬੇਨਤੀ ਕਿ ਮੈਂ ਕੰਮ ਕਰਦੇ ਹਾਂ ਪੀਵੀ ਸਿੰਘ ਦਾ ਉਹਨਾਂ ਦੇ ਮਨ ਦੀ ਇੱਛਾ ਸੀ ਕਿਉਂਕਿ ਜਿੱਦਾਂ ਜਿਸ ਤਰ੍ਹਾਂ ਦੀ ਜਿੱਦਾਂ ਦੀ ਇੱਛਾ ਹੈ ਜਿੱਦਾਂ ਮੈਂ ਕੰਮ ਕਰਦਾ ਉਹ ਗੁਰੂ ਘਰ ਨੂੰ ਸਮਰਪਿਤ ਹੀ ਹੁੰਦਾ ਹੈ ਕੋਈ ਮੈਂ ਗੁਰੂ ਸੇਵਾ ਕਰਦਾ ਜਲੰਧਰ ਔਰ ਨਿਸ਼ਕਾਮ ਸੇਵਾ ਕੀਤੀ ਉਹਨਾਂ ਨੇ ਸੱਸ ਨੇ ਬਹੁਤ ਬਹੁਤ ਪਟਵਾਰਾ ਹੈ ਪਰਿਵਾਰ ਜਿਹਨਾਂ ਨੇ ਸੇਵਾ ਕੀਤੀ ਸਭ ਕੁਝ ਕਿਰਪਾ ਕਰਨ ਉਹਨਾਂ ਦੀ ਸੇਵਾ ਥਾਂ ਪਵੇ ਗੁਰੂ ਸਾਹਿਬ ਬਖਸ਼ਿਸ਼ ਕਰਨ ਉਹ ਉਹਨਾਂ ਨੂੰ ਆਪਾਂ ਸਾਡਾ ਪਿਆਰ ਗੁਰੂ ਪਾਤਸ਼ਾਹ ਦਾ ਆਸ਼ੀਰਵਾਦ ਸਰਕਾਰ ਕਿਸੇ ਗੱਲ ਕਰਕੇ ਉਹਨਾਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ। ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣ ਇਹਨਾਂ ਦੀ ਬਹੁਤ ਵੱਡੀ ਸੇਵਾ ਹੈ ਜੀ। ਬੋਲੇ ਸੋਨਿਆ ਪਿਛਲੇ ਬੜੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ ਨਿਸ਼ਾਨ ਸਾਹਿਬ ਜੀ ਚੋਲਾ ਸਾਹਿਬ ਤਿਆਰ ਕਰਕੇ ਲਿਆਉਣਾ ਸਿਲਾਈ ਕਰਕੇ ਬੜੇ ਸੋਹਣੇ ਢੰਗ ਨਾਲ ਸੋਹਣਾ ਕੱਪੜਾ ਲਗਾਉਣਾ ਤਾਂ ਕਿ ਸੋਹਣਾ ਲੱਗੇ। ਬਹੁਤ ਬਹੁਤ ਧੰਨਵਾਦ ਪਰਿਵਾਰ ਦਾ ਧੰਨਵਾਦ ਪਠਾਨਕੋਟ ਸਤਿਗੁਰ ਦਾਤਾ ਜੀ ਦਾ ਜਿਹੜੇ ਸੇਵਾ ਲੈਂਦੇ ਹਨ ਸੇਵਾ ਵਿਭਾਗਾਂ ਬਿਨਾਂ ਨਹੀਂ ਪ੍ਰਾਪਤ ਹੁੰਦੀ ਸੇਵਾ ਲੈ ਰਹੇ ਨੇ ਪੂਰੇ ਪਰਿਵਾਰ ਸੇਵਾ ਕਰ ਰਿਹਾ ਸਤਿਗੁਰ ਬਖਸ਼ਿਸ਼ ਕਰਨ ਕਿਰਪਾ ਕਰਨ ਰਹਿਮਤ ਕਰਨ ਸੋ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਨੂੰ ਜੀਆਂ ਨੂੰ ਗੁਰਸਾ ਬਖਸ਼ਿਸ਼ ਕਰਨ ਰਹਿਮਤ ਕਰਨ ਇਸੇ ਤਰ੍ਹਾਂ ਗੁਰੂ ਘਰ ਦੇ ਰੋਜ਼ਾਨਾ ਆਪ ਹੀ ਹਾਜ਼ਰੀ ਭਰਿਆ ਕਰੋ ਗੁਰੂ ਪਾਤਸ਼ਾਹ ਦਰ ਘਰ ਵਿੱਚ ਆ ਕੇ ਅਰਦਾਸਾਂ ਬੇਨਤੀਆਂ ਕਰਕੇ ਆਪਾਂ ਆਪਣਾ ਜੀਵਨ ਸਫਲਾ ਕਰੀਏ ਗੁਰੂ ਦਾ ਲੰਗਰ ਤਿਆਰ ਟੇਕ ਪ੍ਰਾਪਤ ਕਰੇ ਸਾਰਿਆਂ ਬੜੇ ਪਿਆਰ ਸਤਿਕਾਰ ਦੇ ਨਾਲ ਜਿਸ ਤਰ੍ਹਾਂ ਹਰ ਸਾਲ ਆਪਾਂ ਖੀਰਪੂੜੇ ਦਾ ਲੰਗਰ ਆਪ ਜੀ ਦੇ ਸਹਿਯੋਗ ਦੇ ਨਾਲ ਚੱਲਦਾ ਹੈ ਉਸੇ ਤਰ੍ਹਾਂ ਤਿਆਰ ਹੈ ਸ਼ਾਹੀ ਕੀਤੀ ਗਈ ਹੈ ਸੋਹਣੇ ਪੰਡਤ ਤੁਸੀਂ ਸ਼ਗਨ ਦੀ ਕਿਰਪਾਲਤਾ ਕਰਨੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੀਰ ਬਖਸ਼ਣਾ ਆਸ਼ੀਰਵਾਦ ਬਖਸ਼ਣਾ ਗੁਰੂ ਘਰ ਦੀ ਸੇਵਾ ਚੱਲ ਰਹੀ ਹੈ ਥੋੜ੍ਹੀ ਥੋੜ੍ਹੀ ਸੇਵਾ ਜ਼ਰੂਰ ਸੇਵ ਪਾ ਕੇ ਆਪਾਂ ਗੁਰੂ ਘਰ ਜਿਹੜੇ ਰਹਿੰਦੇ ਕਰ ਰਹੇ ਉਹਨੂੰ ਪਿੱਛਾ ਕਾਰਜ ਲੈ ਜੇ ਆਪਾਂ ਉਹਨੂੰ ਪੂਰਾ ਕਰਨਾ ਸੱਸ ਜੀ ਨਵੇਂ ਹਾਲ ਦੀ ਥੋੜ੍ਹੀ ਤਿਆਰੀ ਕਰਨੀ ਹੈ ਔਰ ਬਾਅਦ ਜੋ ਫਰੰਟ ਹੈ ਫਰੰਟ ਨੂੰ ਵੀ ਤਿਆਰ ਕਰਨਾ ਹੈ ਸਿਹਤ ਵਾਸਤੇ ਮਾਇਆ ਦੀ ਬੜੀ ਲੋੜ ਹੈ ਸਵੱਛ ਮਾਇਆ ਜ਼ਰੂਰ ਆਪ ਜੀ ਸਭ ਭੇਜ ਦਿਓ ਇਸੇ ਤਰ੍ਹਾਂ ਹੀ ਲਗਾਤਾਰ ਮਾਇਆ ਕਰਕੇ ਗੁਰੂ ਪਰ ਖੁਸ਼ ਆਪਣਾ ਪਹੁੰਚਾ ਰਹੇ ਜਿਤਨੀ ਮਾਇਆ ਇਕੱਤਰ ਹੁੰਦੀ ਹੈ ਉਸੇ ਸਾਨੂੰ ਪ੍ਰੋਗਰਾਮ ਲਿਖਿਆ ਜਾਂਦਾ ਹੈ ਗੁਰੂ ਘਰ ਵਾਸਤੇ ਕੰਮ ਵਾਸਤੇ ਮਾਇਆ ਇਕੱਠੀ ਹੋਈ ਸੀ ਚਾਰ ਸਾਢੇ ਚਾਰ ਪੰਜ ਲੱਖ ਰੁਪਇਆ ਉਸ ਅਨੁਸਾਰ ਇਹ ਪ੍ਰਬੰਧ ਕੀਤਾ ਕਿ ਤੁਹਾਨੂੰ ਟਾਇਲ ਲਗਾ ਦਿੱਤੀ ਜਾਏ ਤਾਂ ਕਿ ਜਦ ਤੱਕ ਦਰਬਾਰ ਸਾਹਿਬ ਆਪਾਂ ਥੱਲੇ ਵੀ ਸ਼ੁਰੂ ਕਰਦੇ ਉਦੋਂ ਤੱਕ ਆਪਾਂ ਇਸ ਲੰਗਰ ਹਾਲ ਦੇ ਰੂਪ ਵਿੱਚ ਵਰਤ ਲਈਏ ਸੋ ਬੜੀ ਸੋਹਣੀ ਟਾਇਲ ਆ ਗਈ ਥੱਲੇ ਕੱਲ੍ਹ ਤੋਂ ਟਾਇਲ ਲੱਗਣੀ ਸ਼ੁਰੂ ਹੋ ਜਾਏਗੀ ਰਾਜੀ ਸ਼ਾਹ ਮਿਸਤਰੀ ਅੱਜ ਅੱਜ ਤੋਂ ਹੀ ਲੱਗਣੀ ਸ਼ੁਰੂ ਹੋ ਜਾਣੀ ਹੈ ਸੋ ਸਾਰਿਆਂ ਦਾ ਸਹਿਯੋਗ ਹੈ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਧੰਨਵਾਦ ਅਮਰਤਲੇ ਆਪ ਪਹੁੰਚਿਓ ਸਾਰੇ ਪਰਿਵਾਰਾਂ ਦਾ ਧੰਨਵਾਦ ਬੇਨਤੀ ਪ੍ਰਵਾਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।